जल्दी जल्दी हम जहां पर आए हैं अर्जेशगर जी के पास, और देखिए कोई भी चैरिटेबल संस्था होती है लोगों की भलाई के लिए बनाई जाती है, चाहे प्राइवेट स्कूल हैं वो भी चैरिटेबल के नाम पर ही बनते हैं, हॉस्पिटल हैं वो भी चैरिटेबल के नाम पर ही बनते हैं। चैरिटी का मतलब लोगों की मदद करना, लेकिन हमारे लोगों में इतनी जानी कि आजकल बेईमानी आ चुकी है, इंसान को इंसान जाने की आज लूटने को तैयार बैठा है, लेकिन परमात्मा की जो लाठी होती है ना, या परमात्मा की जो नज़र होती है वो सबसे बड़ी शक्ति होती है। तो मेरे साथ राजेश गर्ग जी बताएंगे कि लुधियाना में सबसे पहले जो स्कूल बना था 1938 में, मैंने वहाँ पढ़ा था बोर्ड न्यू हाई स्कूल, तो मैंने भी वहाँ पर एक बार प्रैक्टिकल पेपर दिए थे, बहुत देर हो गई है। तो उसी का मसला यहाँ लुधियाना में चल रहा है कि वहाँ पर मैनेजमेंट कमेटी ने स्कूल को यानी कि बंद ही कर दिया है। वो सब रिजेस करके बताएंगे, मेरे को नहीं मालूम, इनके पास डॉक्यूमेंट है सारे, जो भी बोलेंगे सच्चाई वो डॉक्यूमेंट के थ्रू ही बोलेंगे, इनके पास अपना कुछ नहीं है, सिर्फ बात ही करेंगे। ये रिजेस करके शर्मा जी, थोड़ा बहुत बहुत मेहरबानी है, तुम अपना टाइम कट के आए हो, और मैं तो इस वक्त की बड़ी खुशी है तुम्हारे बारे में पता लगवाया है, तुम अपनी जेब जो पैसे खर्च के समाज के इशूज न कवर करते हो। आई एम रियली प्राउड ऑफ यू एंड आई रियली सल्यूट यू शर्मा जी। हुण आपां न्यू हाई स्कूल दी मैं तुहानूं दसना चाहुंदा है, साडा स्कूल ओरिजिनली 1938 विच बनिया, इहदे फाउंडर शहर दे बड़े टॉप दे बिजनेसमैन सोशल वर्कर सीगे, और स्कूल साडे स्कूल च एडमिशन लैण लई ਸਿਫਾਰਿਸ਼ਾਂ ਲੱਗਦੀਆਂ ਸੀਗੀਆਂ। ਉਹ ਸਕੂਲ ਦੀ ਅੱਜ ਪੁਜੀਸ਼ਨ ਇਹ ਹੋ ਗਈ ਹੈ ਕਿ ਉਹ ਸਕੂਲ ਜੀਰੋ ਕਰ ਦਿੱਤਾ ਗਿਆ, ਔਰ ਸਕੂਲ ਦੀ ਦੋ ਜਗ੍ਹਾ ਜਿਹੜੀ ਪ੍ਰੋਪਰਟੀਜ਼ ਹੈ, ਇੱਕ ਸਿਵਲ ਲਾਈਨਸ ਤਕਰੀਬਨ 20-22 ਗਜ਼ ਜਗ੍ਹਾ ਉਹ ਹੈ, ਔਰ 22-23 ਗਜ਼ ਜਗ੍ਹਾ ਜਿਹੜੀ ਇੰਪਰੂਵਮੈਂਟ ਟਰੱਸਟ ਨੇ ਅਲੋਟ ਕੀਤੀ ਸਰਾਭਾ ਨਗਰ 'ਚ, ਉਹ ਵੀ ਪ੍ਰਾਈਵੇਟ ਔਰ ਕਮਰਸ਼ੀਅਲ ਪਰਪਸਿਸ ਲਈ ਯੂਜ਼ ਹੋ ਰਹੀ ਹੈ। ਇਹਦੇ ਬਾਰੇ ਇਹਦੇ ਕਿ ਅੱਜ ਅਸੀਂ ਮੁੱਦਾ ਚੱਕ ਰਹੇ ਹਾਂ, ਇਹਦੇ ਬਾਰੇ 2020 ਦੇ ਵਿੱਚ ਬੜੀ ਪ੍ਰੈਸ ਕਵਰੇਜ ਕੀਤੀ, ਐਡਮਿਨਿਸਟ੍ਰੇਸ਼ਨ ਨੂੰ ਜਗਾਇਆ ਵੀ ਗਿਆ। ਇੱਕ ਇੱਥੇ ਸੋਸ਼ਲ ਵਰਕਰ ਹੈ ਬਲਦੇਵ ਰਾਜ ਕਤਨਾ, ਜਿਹੜੇ ਬਿਜਲੀ ਬੋਰਡ ਤੋਂ ਰਿਟਾਇਰ ਨੇ, ਉਹਨਾਂ ਨੇ 2016 'ਚ ਪ੍ਰਸ਼ਾਸਨ ਨੂੰ ਪੂਰੇ ਡਾਕੂਮੈਂਟਸ ਦੇ ਨਾਲ ਅੱਗੋਂ ਨੌਲੇਜ ਕਰਵਾਈ, ਉਹਨਾਂ ਦੇ ਨੋਟਿਸ ਲੈ ਕੇ ਆਉਂਦਾ। ਪਰ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਐਡਮਿਨਿਸਟ੍ਰੇਸ਼ਨ ਦੀ ਨੱਕ ਥੱਲੇ ਪਹਿਲਾਂ ਤਾਂ ਹੋਣਾ ਨਹੀਂ ਚਾਹੀਦਾ, ਪਰ ਉਸ ਤੋਂ ਬਾਅਦ ਜਿਹੜਾ ਬੰਦਾ ਤੁਹਾਨੂੰ ਨੋਟਿਸ ਲੈ ਕੇ ਆ ਰਿਹਾ ਹੈ ਔਰ ਪ੍ਰੈਸ ਉਹਦੀ ਕਵਰੇਜ ਹੋ ਰਹੀ ਹੈ, ਉਹਦੇ ਸਕੂਲ ਦੇ ਹੋਰ ਸਟੂਡੈਂਟ ਇੰਟਰਵਿਊ ਦਿੱਤੀਆਂ, ਉਹਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿੱਤਾ, ਬੜੀ ਹੈਰਾਨੀ ਦੀ ਗੱਲ ਹੈ। ਦੇਖੋ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਲੁਧਿਆਣੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਆਵਾਜ਼ ਚੱਕੀ, ਲੇਕਿਨ ਆਵਾਜ਼ ਗੌਰਮੈਂਟ ਦੇ ਦਫ਼ਤਰਾਂ 'ਚ ਜਾ ਕੇ ਦੱਬ ਗਈ। ਕਿਉਂ ਦੱਬੀ? ਇਹ ਫਿਰ ਆਪਾਂ ਗੱਲ ਕਰਦੇ ਹਾਂ ਰਜੇਸ਼ ਜੀ ਨਾਲ। ਇਹ ਬਿਲਕੁਲ ਇੱਦਾਂ ਹੀ ਹੋਇਆ ਹੈ, ਚਿੱਠੀਆਂ ਲਿਖੀਆਂ ਗਈਆਂ, ਚਿੱਠੀਆਂ ਉਹ ਬਸ ਡੈਸਕ 'ਤੇ ਰਹਿ ਗਈਆਂ। ਨਿਊ ਹਾਈ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਸਿਸਟਮ ਇਹ ਸੀਗਾ ਕਿ ਜਿਹੜੇ ਬੱਚੇ ਉੱਥੇ ਪੜ੍ਹਦੇ ਆ ਉਹਨਾਂ ਦੇ ਪੇਰੈਂਟਸ ਬਾਡੀ ਬਣਾ ਕੇ ਉਹ ਮੈਨੇਜਮੈਂਟ ਕਮੇਟੀ ਨੂੰ ਇਲੈਕਟ ਕਰਦੇ ਸੀ, ਜਿਹੜੀ ਸਕੂਲ ਨੂੰ ਚਲਾਉਂਦੀ ਸੀ।
1990 ਦੇ ਦੌਰਾਨ ਸੁਨੀਲ ਦੱਤ ਮੜੀਆ ਇਹਦੇ 'ਚ ਕਿਵੇਂ ਐਂਟਰ ਹੋਇਆ, ਮੈਨੂੰ ਨਹੀਂ ਲੱਗਦਾ ਕਿ ਉਹਦਾ ਸਕੂਲ ਦੇ ਨਾਲ ਕੋਈ ਕਨੈਕਸ਼ਨ ਹੈਗਾ। ਉਹ ਸਕੂਲ ਦੀ ਪਹਿਲਾਂ ਮੈਨੇਜਰ ਕਮੇਟੀ 'ਚ ਕਿਵੇਂ ਆ ਗਿਆ, ਉਸ ਤੋਂ ਬਾਅਦ ਉਹਨੇ ਆਪਣੇ ਬੰਦੇ, ਆਪਣੇ ਰੈਲੇਟਿਵਸ, ਆਪਣੇ ਫਰੈਂਡਸ ਅੰਦਰ ਐਂਟਰ ਕਰਾਏ, ਜਿਹੜੇ ਸਕੂਲ ਦੇ ਸਾਡੇ ਪੁਰਾਣੇ ਕਾਬਲ ਫਾਊਂਡਰ ਸੀਗੇ, ਮੈਨੇਜਰ ਕਮੇਟੀ ਦੇ ਮੈਂਬਰ ਸੀ, ਉਹਨਾਂ ਨੂੰ ਬਾਹਰ ਕੀਤਾ। ਕੁਛ ਦਾ ਝਗੜਾ ਪਵਾਇਆ, ਕੁਛ ਦੀ ਡੈਥ ਹੋ ਗਈ। ਅੱਜ ਲੇਟੈਸਟ ਪੁਜੀਸ਼ਨ ਇਹ ਹੈ ਕਿ ਇਹ ਸਕੂਲ ਟੋਟਲ ਇਹਦੇ ਕੰਟਰੋਲ ਦੇ ਅੰਡਰ ਹੈ। ਇੱਕ ਅਸੀਂ ਫੈਕਟ ਹੋਰ ਨੋਟ ਕੀਤਾ ਜਿਹੜਾ ਸਾਨੂੰ ਪਤਾ ਲੱਗਿਆ, ਸਾਡੇ ਸਕੂਲ ਦੀ ਜਿਹੜੀ ਓਰਿਜਨਲ ਕੌਂਸਟੀਟਿਊਸ਼ਨ ਔਰ ਕਮੇਟੀ ਚੱਲ ਰਹੀ ਸੀ, ਸੁਸਾਇਟੀ ਐਕਟ 'ਚ ਰਜਿਸਟਰ ਸੀਗੀ, ਉਹ ਕਮੇਟੀ ਦੀ ਜਗ੍ਹਾ, ਉਹਦਾ ਨਾਮ ਸੀ ਨਿਊ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਸਰਾਭਾ ਨਗਰ ਲੁਧਿਆਣਾ। ਇਹਨੇ 2001 ਦੇ ਵਿੱਚ ਇੱਕ ਸਿਰਫ ਛੋਟਾ ਜਿਹਾ ਨਾਮ ਚੇਂਜ ਕਰਕੇ ਦ ਮੈਨੇਜਿੰਗ ਕਮੇਟੀ ਨਿਊ ਸੀਨੀਅਰ ਸੈਕੰਡਰੀ ਸਕੂਲ ਫੋਰ ਬੋਆਇਜ਼ ਐਂਡ ਗਰਲਸ ਸਿਵਲ ਲਾਈਨ ਸਰਾਭਾ ਨਗਰ ਦੇ ਨਾਮ ਦੇ ਨਾਲ ਸੁਸਾਇਟੀਜ਼ ਐਕਟ ਰਜਿਸਟਰ ਕਰਾਈ। ਬੜੀ ਹੈਰਾਨੀ ਦੀ ਗੱਲ ਹੈ ਕਿ ਸੁਸਾਇਟੀਜ਼ ਐਕਟ ਨੇ ਉਹ ਰਜਿਸਟਰ ਕਰਤੀ। ਇਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਇਹ ਚੀਜ਼, ਇਹ ਕਿਵੇਂ ਹੋ ਗਈ। ਇਹ ਹੁਣ ਚੁੱਕੇ ਅਸੀਂ ਇਹ ਸਬਜੈਕਟ ਸਾਰੇ ਐਡਮਿਨਿਸਟ੍ਰੇਸ਼ਨ ਦੇ ਨੋਟਿਸ ਲੈ ਕੇ ਆਏ ਹਾਂ, ਉਹਨਾਂ ਨੂੰ ਜਿਹੜੇ ਡਾਕੂਮੈਂਟ ਸਾਡੇ ਕੋਲ ਅਵੇਲੇਬਲ ਉਹ ਦਿੱਤੇ ਹੈ, ਜਾਂ ਜਿਹੜੇ ਫੈਕਟ ਸਾਡੇ ਕੋਲ ਅਵੇਲੇਬਲ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੇ ਹੈ, ਜਿਹਦੇ ਬੇਸ 'ਤੇ DC ਨੇ SIT ਕੌਂਸਟੀਚਿਊਟ ਕੀਤੀ 5 ਅਗਸਤ ਨੂੰ। ਮੈਨੂੰ ਐਸਾ ਲੱਗਦਾ ਹੈ ਐਡਮਿਨਿਸਟ੍ਰੇਸ਼ਨ ਦੇ ਰਿਸਪੋਂਸ ਤੋਂ, ਹਾਲਾਂਕਿ ਦਿਨ ਕਾਫੀ ਹੋ ਗਏ ਹੈ, ਅਸੀਂ ਇਸ ਵਾਸਤੇ ਵੀ ਉਹਨਾਂ ਨੂੰ ਮਿਲੇ ਕਿ ਇਹਨੂੰ ਬੰਦੇ ਨੂੰ ਇੰਨਾ ਟਾਈਮ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਬੰਦਾ ਜਿਹੜਾ ਬਹੁਤ ਵੱਡਾ ਮੈਨੀਪੁਲੇਟਰ ਹੈ। ਸੋ ਵੀ ਐਡਮਿਨਿਸਟ੍ਰੇਸ਼ਨ ਸ਼ੁੱਡ ਨੋਟ ਗਿਵ ਹਿਮ ਸੋ ਮੱਚ ਟਾਈਮ ਟੂ ਮੈਨੀਪੁਲੇਟ ਦ ਥਿੰਗਸ। ਉਹਨਾਂ ਨੇ ਸਾਨੂੰ ਇਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਡਿਲੇ ਹੋ ਚੁੱਕਾ ਹੈ ਪਰ ਫਰਦਰ ਡਿਲੇ ਨਹੀਂ ਹੋਏਗਾ। ਸੋ ਆਈ ਐਮ ਵੈਰੀ ਸ਼ੋਰ ਏ ਗੁੱਡ ਰਿਜ਼ਲਟ ਇਜ਼ ਗੋਇੰਗ ਟੂ ਕਮ ਆਊਟ, ਔਰ ਇਸ ਸ਼ਹਿਰ ਦੀ ਲੋਕਾਂ ਨੂੰ, ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗੂਗਾ ਕਿ ਇੱਕ ਸਿੰਗਲ ਬੰਦਾ ਨੇ ਕਿੱਡਾ ਵੱਡਾ ਘਪਲਾ ਕੀਤਾ ਔਰ ਕਿਵੇਂ ਸਕੂਲਸ ਨੂੰ ਬਰਬਾਦ ਕੀਤਾ, ਤਬਾਹ ਕੀਤਾ ਔਰ ਬੱਚਿਆਂ ਦਾ ਫਿਊਚਰ ਟੋਟਲ ਖਤਮ ਕਰਤਾ। ਇਹ ਤਾਂ ਤੁਹਾਡੇ ਕੋਲ ਜਿਹੜੇ ਹੈਗੇ ਸੀ ਡਾਕੂਮੈਂਟ ਜਿਹੜੇ ਤੁਹਾਡੇ ਕੋਲ ਹੈਗੀਆਂ ਨੇ, ਅਤੇ ਪਬਲਿਕ ਦਾ ਯਾਨੀ ਕਿ ਜਿਹੜੇ ਸਟੂਡੈਂਟਸ ਨੇ ਜਾਂ ਓਲਡ ਸਟੂਡੈਂਟਸ ਨੇ ਜਾਂ ਉਹਨਾਂ ਦਾ ਕੀ ਕਹਿਣਾ ਹੈਗਾ ਇਹਦੇ ਬਾਰੇ, ਸਕੂਲ ਦੇ ਬਾਰੇ? ਓਲਡ ਸਟੂਡੈਂਟ, ਅਸੀਂ ਜਦੋਂ ਇਹ ਸਬਜੈਕਟ ਸ਼ੁਰੂ ਕੀਤਾ, ਈਸ਼ਵਰ ਦੀ ਮਿਹਰਬਾਨੀ ਨਾਲ, ਤੁਹਾਡੇ ਵਰਗੇ ਬੰਦਿਆਂ ਦੀ ਸਪੋਰਟ ਦੇ ਨਾਲ ਅਸੀਂ ਰੀਯੂਨੀਅਨ ਕੀਤੀ ਪਿਛਲੇ ਸਾਲ ਆਪਣੇ ਓਲਡ ਸਟੂਡੈਂਟ ਦੀ, ਜਿੱਥੇ ਤਕਰੀਬਨ ਸਾਡੇ ਕੋਲ 800 ਪੁਰਾਣਾ ਸਟੂਡੈਂਟ ਰਜਿਸਟਰ ਹੋਇਆ ਔਰ ਉਹਨਾਂ ਸਭ ਨੇ ਇਸ ਜਿਹੜਾ ਅਸੀਂ ਸਬਜੈਕਟ ਨੂੰ ਰੇਜ਼ ਕਰ ਰਹੇ ਹਾਂ ਉਹਦੇ ਵਾਸਤੇ ਸਾਨੂੰ ਇੰਸਪੀਰੇਸ਼ਨ ਵੀ ਦਿੱਤੀ ਔਰ ਉਹਦੇ ਮੁਤਾਬਕ ਅਸੀਂ ਇਹਦੇ 'ਤੇ ਕਾਫੀ ਕੰਮ ਕੀਤਾ ਹੈ ਔਰ ਹੁਣ ਮੈਨੂੰ ਲੱਗਦਾ ਬੜੀ ਜਲਦੀ ਜਿਹੜੇ ਅਸੀਂ ਐਫਰਟ ਕੀਤੇ ਹੈ
ਉਹਦਾ ਰਿਜ਼ਲਟ ਐਡਮਿਨਿਸਟ੍ਰੇਸ਼ਨ ਲੈ ਕੇ ਦੇਵੇਗੀ। ਅਸੀਂ ਐਡਮਿਨਿਸਟ੍ਰੇਸ਼ਨ ਨੂੰ ਇਹ ਅਸ਼ੋਰੈਂਸ ਦਿੱਤੀ ਹੈ ਅੱਗੇ ਉਹਨਾਂ ਨੂੰ ਲੱਗਣਾ ਪੈਣਾ, ਅਸੀਂ ਸਭ ਓਲਡ ਸਟੂਡੈਂਟ ਸਾਨੂੰ ਰਾਤ ਨੂੰ 12 ਵਜੇ ਵੀ ਯਾਦ ਕਰਨਗੇ ਤਾਂ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਅਤੇ ਤੁਸੀਂ ਮੈਨੇਜਮੈਂਟ ਕਮੇਟੀ ਨਵੀਂ ਯਾਨੀ ਕਿ ਹੁਣ ਯਾਨੀ ਕਿ ਜਿਹੜੇ ਨਵੇਂ ਮੈਂਬਰ ਵਗੈਰਾ ਜਾਂ ਨਵਾਂ ਕੁਛ ਇੱਦਾਂ ਦਾ ਸੋਚਿਆ ਜਾਂ ਕੀ ਸੋਚੋ ਉਹਦੇ ਬਾਰੇ? ਦੇਖੋ ਸਾਡਾ ਵਿਚਾਰ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਇੱਕ ਐਡਮਿਨਿਸਟ੍ਰੇਟਰ ਅਪੁਆਇੰਟ ਕਰਨਾ ਚਾਹੀਦਾ, ਕਿਉਂਕਿ ਇਹ ਪੇਰੈਂਟਸ ਬਾਡੀ ਸਕੂਲ ਨੇ ਔਰ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਹੈ ਚਾਹੇ ਪ੍ਰਾਈਵੇਟ ਸਕੂਲ ਵੀ ਹੈ ਉਹ ਵੀ ਚੈਰੀਟੇਬਲ ਇੰਸਟੀਟਿਊਸ਼ਨ ਹੈ ਔਰ ਉਹ ਕਿਸੇ ਪਰਪਸ ਲਈ ਹੈ, ਕਿਉਂਕਿ ਉਹਦੇ ਵਿੱਚ ਨਾ ਤਾਂ ਉਹਨੂੰ ਇਨਕਮ ਟੈਕਸ ਲੱਗਦਾ ਔਰ ਉਹਦੇ ਜਿਹੜੇ ਫੀਸਾਂ ਦੀ ਪੈਸੇ ਆਉਂਦੇ ਹੈ ਉਹ ਸਕੂਲ ਦੇ ਬੱਚਿਆਂ ਤੋਂ ਆਉਂਦੇ ਆ, ਉਹਨਾਂ ਦੇ ਪੇਰੈਂਟਸ ਤੋਂ ਆਉਂਦੇ ਆ। ਸੋ ਇਟ ਮੀਨਸ ਉਹ ਸਕੂਲ ਨੂੰ ਪ੍ਰਾਈਵੇਟ ਅਨਏਡਿਡ ਸਕੂਲ ਨਹੀਂ ਕਿਹਾ ਜਾਣਾ ਚਾਹੀਦਾ, ਉਹ ਸਕੂਲ ਵੀ ਪਬਲਿਕ ਦੀ ਓਨੀ ਰਿਸਪੋਂਸੀਬਿਲਿਟੀ ਹੈ, ਐਡਮਿਨਿਸਟ੍ਰੇਸ਼ਨ ਦੀ ਓਨੀ ਰਿਸਪੋਂਸੀਬਿਲਿਟੀ ਹੈ ਜਿੰਨੀ ਕਿ ਗਵਰਨਮੈਂਟ ਸਕੂਲਸ ਦੀ ਹੈ। ਸੋ ਕਮਿੰਗ ਬੈਕ ਟੂ ਯੋਰ ਪੁਆਇੰਟ, ਐਡਮਿਨਿਸਟ੍ਰੇਟਰ ਸਰਕਾਰ ਨੂੰ ਅਪੁਆਇੰਟ ਕਰਨਾ ਚਾਹੀਦਾ, ਐਡਮਿਨਿਸਟ੍ਰੇਸ਼ਨ ਨੂੰ। ਐਡਮਿਨਿਸਟ੍ਰੇਟਰ ਨੂੰ ਜੇ ਸਾਡੀ ਸਪੋਰਟ ਚਾਹੀਦੀ ਹੋਏਗੀ ਸਕੂਲ ਨੂੰ ਚਲਾਉਣ ਲਈ ਤਾਂ ਵੀ ਆਰ ਆਲ ਦੇਅਰ। ਅਤੇ ਤੁਸੀਂ ਕਿੰਨੀ ਵਾਰ ਮੀਟਿੰਗ ਕਰ ਚੁੱਕੇ ਡੀ ਸੀ ਦੇ ਨਾਲ ਜਾਂ ਏ ਡੀ ਸੀ ਦੇ ਨਾਲ ਇਸ ਸਬਜੈਕਟ ਦੇ ਉੱਤੇ? ਸਾਡੀ ਐਸ ਡੀ ਐਮ ਈਸਟ ਨੂੰ ਉਹਨਾਂ ਨੇ ਪ੍ਰੈਜੈਂਟਲੀ ਟੀਮ ਦਾ ਹੈੱਡ ਬਣਾਇਆ ਐਸ ਆਈ ਟੀ ਦੀ, ਉਹਨਾਂ ਨੂੰ ਅਸੀਂ 3 ਵਾਰੀ ਮਿਲ ਚੁੱਕੇ ਹਾਂ, ਉਹਨਾਂ ਨੂੰ ਪੂਰੇ ਫੈਕਟਸ ਨਾਲ ਅਪਰਾਈਜ਼ ਕਰਾ ਕੇ ਉਹਨਾਂ ਨੂੰ ਰਿਟਰਨ ਵਿੱਚ ਅਸੀਂ ਸਭ ਪੇਪਰ ਸਬਮਿਟ ਕੀਤੇ ਹੈ ਅਤੇ ਉਸ ਤੋਂ ਬਾਅਦ ਅਸੀਂ ਡੀ ਸੀ ਨੂੰ ਮਿਲਣ ਦਾ ਟਾਈਮ ਮੰਗਿਆ ਸੀਗਾ। ਬਾਈ ਚਾਂਸ ਡੀ ਸੀ ਉਸ ਦਿਨ ਬਿਮਾਰ ਹੋ ਗਏ ਅਤੇ ਉਹਨਾਂ ਨੇ ਏ ਡੀ ਸੀ ਦੇ ਨਾਲ ਸ਼੍ਰੀ ਅਮਿਤ ਸਰੀਨ ਜੀ ਨਾਲ ਸਾਡੀ ਮੁਲਾਕਾਤ ਕਰਵਾਈ। ਅਮਿਤ ਸਰੀਨ ਜੀ ਨੂੰ ਜਦੋਂ ਅਸੀਂ ਫੈਕਟਸ ਬਾਰੇ ਦੱਸਿਆ, ਆਈ ਵੁੱਡ ਡੈਫੀਨੇਟਲੀ ਸੇ ਹੀ ਵਾਜ਼ ਸੋ ਸ਼ੌਕਡ, ਔਰ ਉਹਨਾਂ ਨੇ ਕਿਹਾ ਹੈ ਕਿ ਹੁਣ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪਊਗੀ, ਸੋ ਦਾ ਥਿੰਗਸ ਆਰ ਗੋਇੰਗ ਟੂ ਟੇਕ ਸ਼ੇਪ ਐਂਡ ਆਈ ਐਮ ਵੈਰੀ ਹੋਪਫੁੱਲ ਐਂਡ ਆਈ ਵਿਲ ਸਲਿਊਟ ਐਡਮਿਨਿਸਟ੍ਰੇਸ਼ਨ ਦੈਟ ਦੇ ਹੈਵ ਟੇਕਨ ਇਟ ਅਪ ਵੈਰੀ ਸੀਰੀਅਸਲੀ ਵਿਚ ਹੈਵ ਨਾਟ ਬੀਨ ਡਨ ਬਿਫੋਰ ਫੋਰ ਸੋ ਮੈਨੀ ਈਅਰਸ। ਅੱਛਾ, ਜਿਹੜੀ ਕਲੋਨੀ ਟੈਗੋਰ ਨਗਰ ਬਣਿਆ ਦਾ ਜਿੱਥੇ ਇਹ ਸਕੂਲ ਹੈਗਾ ਵਾ, ਕੋਈ ਇੰਪਰੂਵਮੈਂਟ ਟਰੱਸਟ ਜਾ ਰਿਹਾ ਵਾ ਕੀ ਉਹਦਾ ਕੀ ਜਾਣੀ ਕਿ ਆਪਣਾ ਹੈਗਾ, ਜਿਹੜੀ ਜਗ੍ਹਾ ਹੈਗੀ ਆ ਉੱਥੇ ਜਿਹੜੇ ਕੋਠੀਆਂ ਵਗੈਰਾ ਬਣੀਆਂ ਨੇ ਉਹ ਕਿਹੜੇ ਆਪਣੇ ਹਿਸਾਬ ਦੇ ਨਾਲ ਬਣੇ ਹੋਏ ਨੇ ਜਿੱਥੇ ਇਲਾਕਾ ਟੈਗੋਰ ਨਗਰ? ਤੁਸੀਂ ਸਿਵਲ ਲਾਈਨਸ ਦੀ ਗੱਲ ਕਰ ਰਹੇ ਸਕੂਲ ਦੀ? ਸਿਵਲ ਨਾਲ ਲੈਣੀ, ਸਿਵਲ ਲਾਈਨ ਸਕੂਲ ਦੀ ਜ਼ਮੀਨ ਜਿਹੜੀ ਹੈ ਉਹ ਮੈਨੂੰ ਲੱਗਦਾ ਸਰਕਾਰੀ ਜ਼ਮੀਨ ਨਹੀਂ ਹੈ, ਠੀਕ ਹੈ, ਉਹ ਫਾਊਂਡਰਸ ਨੇ ਅਰੇਂਜ ਕੀਤੀ, ਉਹਦੇ ਬਿਲਡਿੰਗ ਬਣਾ ਕੇ ਸਕੂਲ ਚਾਲੂ ਕੀਤੇ, ਪਰ ਜਿਹੜੀ ਸਰਾਭਾ ਨਗਰ ਵਾਲੀ ਜ਼ਮੀਨ ਹੈ ਉਹ ਜ਼ਮੀਨ ਇੰਪਰੂਵਮੈਂਟ ਟਰੱਸਟ ਨੇ ਸਿਰਫ ਪ੍ਰਾਇਮਰੀ ਸਕੂਲ ਵਾਸਤੇ ਅਲਾਟ ਕੀਤੀ ਸੀ। ਹਾਂਜੀ, ਔਰ ਤੁਸੀਂ ਅੱਜ ਉੱਥੇ ਸਟੇਟਸ ਦੇਖੋ ਜਾ ਕੇ ਕਿ ਪ੍ਰਾਇਮਰੀ ਸਕੂਲ ਤਾਂ ਕੀ ਹੈ ਉੱਥੇ, ਉੱਥੇ ਔਰਚਿਡ ਇੰਸਟੀਚਿਊਟ ਨੂੰ, ਉੱਥੇ ਸ਼੍ਰੀ ਰਾਮ ਯੂਨੀਵਰਸਲ ਸਕੂਲ ਨੂੰ, ਕੰਗਾਰੂ ਕਿਡਸ ਨੂੰ, ਉਹ ਜ਼ਮੀਨਾਂ ਦਿਖਾਇਆ ਗਿਆ ਕਿ ਅਸੀਂ ਲੀਜ਼ 'ਤੇ ਦਿੱਤੀਆਂ। ਪਰ ਮੈਨੂੰ ਨਹੀਂ ਲੱਗਦਾ ਕਿ ਸੁਨੀਲ ਦੱਤ ਮੜੀਆ ਦਾ ਜਿਹੜਾ ਪੇਟ ਹੈ ਉਹ ਲੀਜ਼ ਡੀਡ ਦੇ ਪੈਸੇ ਨਾਲ ਭਰਨ ਵਾਲਾ ਹੈ। ਇਹ ਵਾਕਈ ਜਦੋਂ ਐਡਮਿਨਿਸਟ੍ਰੇਸ਼ਨ ਦੀ ਪਰਤਾਂ ਖੋਲ੍ਹੇਗੀ ਤਾਂ ਪਤਾ ਲੱਗੇਗਾ ਕਿ ਸੁਨੀਲ ਦੱਤ ਮੜੀਆ ਨੇ ਕੀ ਸਕੈਮ ਕੀਤਾ। ਨਹੀਂ, ਜਿਹੜੇ ਮੈਂਬਰ ਵਗੈਰਾ ਜਿਹੜੇ ਹੈਗੇ ਤੁਹਾਨੂੰ ਉਹਨਾਂ ਨੂੰ ਪਤਾ ਕਿਹੜੇ ਕਿਹੜੇ ਨਾਲ ਮੈਂਬਰ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਪਾਏ ਆ ਜਿਹੜੇ ਮੈਨੇਜਮੈਂਟ ਕਮੇਟੀ 'ਚ ਪਾਏ ਆ, ਉਹਨਾਂ ਦੀ ਸਭ ਦੀ ਲਿਸਟ ਅਸੀਂ ਉਹਨਾਂ ਨੂੰ ਜਿਹੜੀ ਜਿਹੜੀ ਇਨਫੋਰਮੇਸ਼ਨ ਸਰਗੋਸੀ ਅਸੀਂ ਦਿੱਤੀ ਹੈ। ਅਸੀਂ ਆਰ ਟੀ ਆਈ ਦੀ ਅੰਡਰ ਸੁਸਾਇਟੀਜ਼
ਜਿਹੜੀ DIC ਰਜ ਆਪਣਾ DIC ਲੁਧਿਆਣਾ ਹੈ, ਇਹ ਸੁਸਾਇਟੀਜ਼ ਨੂੰ ਰਜਿਸਟਰ ਕਰਦਾ, ਉਹਨਾਂ ਕੋਲੋਂ RTA ਦੇ ਅੰਡਰ ਅਸੀਂ ਇਨਫੋਰਮੇਸ਼ਨ ਮੰਗਵਾਈ ਸੀ। ਉਹਦੇ ਵਿੱਚ ਤੁਹਾਨੂੰ ਮੈਂ ਬੜਾ ਇੰਟਰਸਟਿੰਗ ਔਰ ਸ਼ੌਕਿੰਗ ਫੈਕਟ ਦੱਸਦਾ ਹੈ। ਉਹਨਾਂ ਨੇ ਸਾਨੂੰ 2024-25 ਦੀ ਜਿਹੜੀ ਗਵਰਨਿੰਗ ਬਾਡੀ ਇਹਨੇ ਬਣਾਈ ਹੈ, ਉਹਦੇ 'ਚ ਇਹਨੇ ਆਪਣਾ ਬੇਟਾ ਸੰਨੀ ਮੜੀਆ ਪ੍ਰੈਜੀਡੈਂਟ ਬਣਾਇਆ, ਭਾਰਤ ਭੂਸ਼ਣ ਆਸ਼ੂ ਜਿਹੜੇ ਐਕਸ ਕੈਬਨਿਟ ਮਿਨਿਸਟਰ ਨੇ, ਇਸ ਵੇਲੇ ਮੈਨੂੰ ਪਤਾ ਲੱਗਿਆ ED ਦੀ ਕਸਟਡੀ 'ਚ ਨੇ, ਉਹ ਉਹਨਾਂ ਦਾ ਭਰਾ, ਉਹ ਮੈਨੇਜਮੈਂਟ ਕਮੇਟੀ 'ਚ ਹੈ। ਉਸ ਤੋਂ ਇਲਾਵਾ ਇੱਕ ਸਾਡੇ ਸਕੂਲ ਦਾ ਗੇਟਮੈਨ ਹੈ, ਉਹ ਕਮੇਟੀ ਦਾ ਮੈਂਬਰ ਹੈ। ਇੱਕ ਇੰਦਰਜੀਤ ਸਿੰਘ ਕਰਕੇ ਹੈ ਕੋਈ ਬੰਦਾ, ਜਿਹੜਾ ਇਹ ਦੱਸਿਆ ਗਿਆ ਕਿ ਇਹਦੀ ਦੁਕਾਨ 'ਤੇ ਕੰਮ ਕਰਦਾ, ਕੋਈ ਸੀਮੈਂਟ ਦੀ ਇਹਦੀ ਕੋਈ ਕੰਮ ਹੈ, ਉੱਤੇ ਕੰਮ ਕਰਦਾ, ਉਹ ਮੈਨੇਜਮੈਂਟ ਕਮੇਟੀ ਦਾ ਮੈਂਬਰ ਹੈ। ਕਿਸੇ ਦਾ ਮਤਲਬ ਸਕੂਲ ਜਾਂ ਐਜੂਕੇਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਚੀਜ਼ਾਂ ਅਸੀਂ ਸਭ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ, ਅਤੇ ਮੈਨੂੰ ਲੱਗਦਾ ਜਿੱਦਾਂ ਤੁਹਾਨੂੰ ਦੱਸਿਆ ਕਿ ਐਡਮਿਨਿਸਟ੍ਰੇਸ਼ਨ ਇਜ਼ ਟੇਕਿੰਗ ਇਟ ਵੈਰੀ ਸੀਰੀਅਸਲੀ, ਔਰ ਐਡਮਿਨਿਸਟ੍ਰੇਸ਼ਨ ਇਹਦਾ ਪਰਤਾਂ ਪੂਰੀਆਂ ਖੋਲ੍ਹੇਗੀ। ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਕੂਲ ਦੀ ਸਰਪ੍ਰਾਈਜ਼ ਇੰਸਪੈਕਸ਼ਨ ਕੀਤੀ ਜਾਵੇ ਇਮੀਡੀਏਟਲੀ, ਔਰ ਸਾਨੂੰ ਨਾਲ ਲੈ ਕੇ ਜਾਇਆ ਜਾਵੇ, ਕਿਉਂਕਿ ਸਾਨੂੰ ਸਕੂਲ ਦੀ ਇੱਟ ਇੱਟ ਦਾ ਪਤਾ ਹੈ, ਇੱਕ ਇੱਕ ਕੋਰਨਰ ਦਾ ਪਤਾ ਹੈ, ਔਰ ਅੱਜ ਉਹਨਾਂ ਨੂੰ ਦਿਖਾਇਆ ਜਾਏਗਾ ਕਿ ਉੱਥੇ ਕੀ ਹੈ। ਅੱਛਾ, ਤੁਸੀਂ ਜਿਹੜੇ ਸਕੂਲੇ ਪੜ੍ਹਦੇ ਨਹੀਂ ਹੋਏ ਸਕੂਲ ਦੇ ਵਿੱਚ, ਅਤੇ ਤੁਹਾਨੂੰ ਚੇਤਿਆ ਕੋਈ ਗੱਲਾਂ ਬਾਤਾਂ ਜਿਹੜੇ ਸਕੂਲ ਦੇ ਆਉਂਦੇ ਸੀ, ਤੁਸੀਂ ਪੜ੍ਹੇ ਉੱਥੇ? ਮੈਂ ਨਰਸਰੀ ਤੋਂ ਲੈ ਕੇ 10th ਤੱਕ ਪੜ੍ਹਿਆ ਉੱਥੇ। ਅਤੇ ਉਹ ਫਿਰ ਕੋਈ ਗੱਲ ਦੱਸੋ ਤੁਸੀਂ ਉੱਥੇ ਸਕੂਲ ਦੀ, ਅਸੀਂ ਸਾਂਝੀ ਕਰ ਲਈ ਅਸੀਂ, ਇਹ ਤਾਂ ਚੱਲ ਹੋ ਗਿਆ। ਮਤਲਬ ਕਿਸ ਤਰ੍ਹਾਂ ਦੀ ਗੱਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਸਕੂਲ ਦਾ ਲੈਵਲ ਐਸਾ ਸੀਗਾ ਕਿ ਕੋਨਵੈਂਟ ਸਕੂਲ ਵਾਲੇ ਬੱਚੇ ਨੂੰ ਜੇ ਸਾਡੇ ਸਕੂਲ 'ਚ ਐਡਮਿਸ਼ਨ ਮਿਲਦੀ ਸੀ ਤਾਂ ਸੈਲੀਬ੍ਰੇਟ, ਉਹ ਓਕੇਜ਼ਨ ਸੈਲੀਬ੍ਰੇਟ ਕਰਦੇ ਸੀ। ਉਹ ਇੰਨਾ ਅੱਛਾ ਸਕੂਲ ਸੀ, ਇੰਨਾ ਅੱਛਾ ਸਕੂਲ ਸੀਗਾ। ਸੋ ਬਾਕੀ ਸਕੂਲ ਦੀ ਐਜੂਕੇਸ਼ਨ ਲੈਵਲ ਰਿਜ਼ਲਟਸ, ਔਰ ਉਹਦਾ ਰਿਜ਼ਲਟ ਤੁਸੀਂ ਇਹ ਦੇਖੋ ਕਿ ਮੈਨੂੰ ਨਹੀਂ ਲੱਗਦਾ ਸ਼ਹਿਰ ਦਾ ਕੋਈ ਐਸਾ ਬਿਜ਼ਨਸਮੈਨ ਹੈ ਜਿਹੜਾ ਇੱਥੇ ਨਾ ਪੜ੍ਹਿਆ ਹੋਵੇ। ਦੇਖੋ ਜਿਹੜੇ ਬਿਜ਼ਨਸਮੈਨ ਲੋਕ ਨੇ, ਅੱਛੇ ਲੋਕ ਨੇ, ਜਿਸ ਸਕੂਲ 'ਚ ਪੜ੍ਹੇ ਸੀ, ਅੱਜ ਉਹ ਸਕੂਲ ਦਾ ਜਾਣੀ ਕਿ ਹਾਲਾਤ ਇਹ ਨੇ, ਕਿੰਨੇ ਕੁ ਬੱਚੇ ਨੇ ਅੱਜ ਉੱਥੇ? ਸਾਨੂੰ ਜਿਹੜੀ ਇਨਫੋਰਮੇਸ਼ਨ ਹੈ ਕਿ ਸਿਵਲ ਲਾਈਨਸ ਵਾਲੇ ਪਾਸੇ ਸਕੂਲ ਦੇ, ਸਿਵਲ ਲਾਈਨਸ ਵਾਲੇ ਸਕੂਲ 'ਚ ਤਕਰੀਬਨ 60 ਜਾਂ 65 ਬੱਚੇ ਦੱਸੇ ਗਏ ਹੈ, ਪਰ ਮੈਨੂੰ ਉਹ ਲੱਗਦਾ ਆਈ ਵਾਸ਼ ਹੈ। ਬਾਕੀ ਜਦੋਂ ਇੰਸਪੈਕਸ਼ਨ ਹੋਏਗੀ ਉਦੋਂ ਉਹ ਰਿਕਾਰਡ ਦੇਖੇ ਜਾਣਗੇ, ਫਿਰ ਪਤਾ ਲੱਗੇਗਾ। ਠੀਕ ਹੈ, ਯਾਨੀ ਪਰ ਸਰਾਭਾ ਨਗਰ ਸਕੂਲ 'ਚ ਮੈਨੂੰ ਨਹੀਂ ਲੱਗਦਾ ਕੋਈ ਬੱਚੇ ਹੈਗੇ ਹੈ। ਠੀਕ ਹੈ, ਪਰ ਅਸੀਂ ਚੁੱਕੇ ਸਕੂਲ ਦੇ ਅੰਦਰ ਜਾ ਨਹੀਂ ਸਕਦੇ। ਬੜੀ ਮਤਲਬ ਅਨਫੋਰਚੁਨੇਟ ਪਾਰਟ ਹੈ ਕਿ ਅਸੀਂ ਸਕੂਲ ਦੇ ਓਲਡ ਸਟੂਡੈਂਟ, ਅਸੀਂ ਦੋਨਾਂ ਸਕੂਲਾਂ ਦੇ ਅੰਦਰ ਨਹੀਂ ਜਾ ਸਕਦੇ ਅੱਜ। ਅੱਛਾ, ਅਲਾਊਡ ਨਹੀਂ ਹੈਗੇ ਬੱਚੇ ਅੰਦਰ ਜਾਣੇ, ਪੇਰੈਂਟਸ ਵੀ ਨਹੀਂ ਅਲਾਊਡ ਹੈਗੇ, ਕੋਈ ਨਹੀਂ ਜਾ ਸਕਦਾ ਅੰਦਰ? ਪੁਰਾਣੇ ਅਸੀਂ ਸਟੂਡੈਂਟ, ਜੇ ਮਤਲਬ ਸਾਨੂੰ ਐਸਾ ਲੱਗਦਾ ਹੈ ਕਿ ਇਹ ਜਿੰਨਾ ਬੰਦਾ ਕਲਾਕਾਰ ਹੈ ਜਾਂ ਜਿੰਨਾ ਵੱਡਾ ਇਹ ਦੱਸਦੇ ਹੈ ਕਿ ਆਪਣੇ ਮਸਲਮੈਨ ਹੈਂਚਮੈਨ ਆਪਣੇ ਨਾਲ ਰੱਖਦਾ ਹੈ, ਮੈਨੂੰ ਨਹੀਂ ਲੱਗਦਾ ਕਿ ਅਸੀਂ ਰਿਸਕ ਲੈ ਸਕਦੇ ਹਾਂ। ਨਹੀਂ ਨਹੀਂ, ਮੁਕਾਬਲਾ ਤਾਂ ਅਸੀਂ ਕਰ ਹੀ ਸਕਦੇ ਹਾਂ, ਪਰ ਅਸੀਂ ਕਿਉਂ ਉਹਨੂੰ ਚਾਂਸ ਦਈਏ ਕਿ ਇਹ ਸਾਡੇ 'ਤੇ ਕੋਈ ਗਲਤ ਇਲਜ਼ਾਮ ਲਗਾਵੇ? ਠੀਕ ਆ, ਜਦੋਂ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਜਾਣ ਨੂੰ ਤਿਆਰ ਹੈ, ਅਤੇ ਵਾਈ ਸ਼ੁੱਡ ਵੀ ਡੂ ਸਮਥਿੰਗ ਰੋਂਗ? ਅਸੀਂ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ ਹੈ। ਜੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲਾਂਗੇ ਤਾਂ ਫਿਰ ਸਾਡੇ 'ਤੇ ਇਹਦੇ 'ਚ ਕੀ ਫਰਕ ਰਹਿ ਗਿਆ?
ਦੇਖੋ ਬਾਈ ਲੀਗਲ ਯਾਨੀ ਕਿ ਸਾਰਾ ਕੁਝ ਪ੍ਰੋਸੀਜਰ ਐਗਜ਼ੈਕਟਲੀ ਬਿਲਕੁਲ ਬਿਲਕੁਲ ਯੈਸ ਤੇ ਉਸ ਤੁਹਾਡੇ ਵੇਲੇ ਕਿੰਨੇ ਬੱਚੇ ਸੀ ਉਸ ਟਾਈਮ ਹੈਗੇ ਸੀ 2000 ਬੱਚਾ ਸਾਡੇ ਵੇਲੇ ਮੈਨੂੰ ਲੱਗਦਾ ਹੈ ਕਿ ਹਰ ਸੈਕਸ਼ਨ ਦੇ ਵਿੱਚ 50 ਜਾਂ 60 ਸਟੂਡੈਂਟ ਹੁੰਦੇ ਸੀਗੇ ਅੱਛਾ ਠੀਕ ਹੈ ਅਤੇ ਸਾਡੇ ਵੇਲੇ ਨਰਸਰੀ ਤੋਂ 10th ਤੱਕ ਸੀਗਾ ਅਤੇ ਇਹ 3 ਸੈਕਸ਼ਨ ਹੁੰਦੇ ਸੀਗੇ ਅਤੇ 30 ਸੈਕਸ਼ਨ ਜੇ ਅਸੀਂ ਟੋਟਲ ਕਰੀਏ 1500 ਦੇ ਕਰੀਬ ਬੱਚਾ ਹੋ ਗਿਆ ਨਹੀਂ ਨਹੀਂ ਤਕਰੀਬਨ 3000 ਬੱਚਾ ਬਣਿਆ 3000 ਅੱਛਾ ਹਾਂ ਪ੍ਰਾਇਮਰੀ ਸਕੂਲ ਵੀ ਤਾਂ ਸੀਗਾ ਨਾ ਸਾਹਮਣੇ ਅੱਛਾ ਅੱਛਾ ਹਾਂ ਉਹਦੇ ਠੀਕ ਹੈ ਉਹਦੇ ਮਿਲਾ ਕੇ 97 ਦੇ ਵਿੱਚ ਜਦੋਂ ਇਹ ਪ੍ਰੈਜੀਡੈਂਟ ਬਣਿਆ ਉਦੋਂ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ ਉੱਥੇ 2000 ਸਟੂਡੈਂਟ ਸਿਵਲ ਲਾਈਨ ਵਿੱਚ ਸੀਗਾ ਔਰ 2000 ਹੀ ਲਗਭਗ ਸਰਬ ਨਗਰ ਵਾਲੇ ਸਕੂਲ ਸੀਗਾ ਇਹ ਤਾਂ ਸਕੂਲ ਯਾਨੀ ਕਿ ਖਾਈ ਗਏ ਫਿਰ ਇਹਦਾ ਮਤਲਬ ਹੈ ਇਹ ਸਕੂਲ ਤੇ ਖਾਈ ਗਏ ਉਹ ਤਾਂ ਸਾਹਮਣੇ ਨਜ਼ਰ ਆ ਹੀ ਰਿਹਾ ਐਜੂਕੇਸ਼ਨ ਖਾ ਗਏ ਹਾਂ ਇਹਨਾਂ ਨੇ ਪੜ੍ਹਾਈ ਖਾ ਗਈ ਇਹਨਾਂ ਨੇ ਬੱਚਿਆਂ ਦਾ ਫਿਊਚਰ ਖਰਾਬ ਕਰਤਾ ਇਹਦੇ ਆਪਣੇ ਸਕੂਲ ਇਹਨੇ ਕੋਈ ਦੋਸਤ ਖੁੱਲ੍ਹੇ ਹੋਏ ਸੀਗੇ ਸ਼ਿਵਾਲਿਕ ਦੂਨ ਸਕੂਲ ਦੇ ਨਾਮ ਨਾਲ ਇੱਕ ਕੋਈ ਕਹਿੰਦੇ ਪ੍ਰਤਾਪਪੁਰ 'ਚ ਹੈ ਔਰ ਇੱਕ ਕੁਦਰ 'ਚ ਹੈ ਰਿਸ਼ੀ ਨਗਰ 'ਚ ਅੱਛਾ ਉਹ ਦੋਨੋਂ ਸਕੂਲ ਇਹਦੇ ਪਤਾ ਲੱਗਿਆ ਉਹ ਵੀ ਆਲਮੋਸਟ ਬੰਦ ਨੇ ਉੱਥੇ ਵੀ ਇਹ ਪ੍ਰਾਈਵੇਟ ਪ੍ਰੋਪਰਟੀਸ ਲਈ ਉਹਨੂੰ ਯੂਜ਼ ਕਰ ਰਿਹਾ ਇੱਕ ਸਾਨੂੰ ਹੋਰ ਪਤਾ ਲੱਗਿਆ ਕਿ ਇਹਦਾ ਬੇਸਿਕਲੀ ਕਰੈਕਟਰ ਹੀ ਜਿਹੜਾ ਹੈ ਉਹ ਇਹ ਠੱਗੀ ਕਰਨ ਵਾਲੇ ਕੰਮ ਕਿਉਂਕਿ ਬਿਜ਼ਨਸ ਇਹਦਾ ਆਪਣਾ ਕੋਈ ਚੱਲਦਾ ਨਹੀਂ ਫੋਕਲ ਪੁਆਇੰਟ ਇਹਨੇ ਫੈਕਟਰੀ ਲਗਾਈ ਸੀਗੀ ਪਹਿਲਾਂ ਸ਼ਿਵਾਲਿਕ ਸਪਿਨਿੰਗ ਜਨਰਲ ਮਿਲਸ ਲਗਾਈ ਉਹ ਫੇਲ ਸ਼ਿਵਾਲਿਕ ਲੋਹਾ ਮਿਲਸ ਲਗਾਈ ਉਹ ਫੇਲ ਉਹਦਾ ਲੇਟੈਸਟ ਪਤਾ ਲੱਗਿਆ ਕਿ ਉਹ ਸਾਰੀ ਜ਼ਮੀਨ ਆਫੀਸ਼ੀਅਲ ਲਿਕੁਇਡੇਟਰ ਦੇ ਅੰਡਰ ਹੈ ਔਰ ਉਹ ਲੋਕਾਂ ਦੇ ਪੈਸੇ ਇਹਦੇ ਪ੍ਰੋਪਰਟੀਜ਼ ਨੂੰ ਕੈਸ਼ ਕਰਕੇ ਦੇ ਰਿਹਾ ਗੜੜੀਆ ਦੇ ਲੋਕਾਂ ਦਾ ਕਹਿਣਾ ਹੈ ਚਲੋ ਆਪਾਂ ਉਹਦੇ ਵੱਲ ਨਹੀਂ ਜਾਂਦੇ ਆਪਾਂ ਤਾਂ ਆਪਣਾ ਜਿਹੜਾ ਮਸਲਾ ਜਿਹੜਾ ਹੈਗਾ ਵਾ ਬੱਚਿਆਂ ਦੀ ਪੜ੍ਹਾਈ ਦਾ ਹੈਗਾ ਬੱਚਿਆਂ ਦੇ ਫਿਊਚਰ ਦਾ ਹੈ ਪਬਲਿਕ ਦੀ ਪ੍ਰੋਪਰਟੀ ਹੈਗੀ ਹੈ ਚੈਰੀਟੇਬਲ ਦੇ ਨਾਂ 'ਤੇ ਚੱਲਦੀ ਰਹੀ ਸੀ 1938 ਤੋਂ ਚੱਲਦੀ ਆ ਰਹੀ ਹੈ ਔਰ 5-10 ਸਾਲਾਂ ਨੂੰ ਇਹ 100 ਸਾਲ ਦਾ ਹੋ ਜਾਣਾ ਸੈਂਚਰੀ ਮਨਾਉਣ ਵਾਲੇ ਹੋ ਜਾਣਾ ਬਿਲਕੁਲ 100 ਸਾਲ ਦਾ ਐਡੀ ਪੁਰਾਣਾ ਜਿਹੜਾ ਚੱਲਦੀ ਆ ਰਹੀ ਸੰਸਥਾ ਅੱਜ ਉਹ ਇਸ ਰਿਕਾਰਡ 'ਤੇ ਆ ਗਈ ਕਿ ਉਹ ਤਾਂ ਕੋਈ ਜ਼ਿਆਦਾ ਪਤਾ ਨਹੀਂ ਕਿੱਥੇ ਚੱਲੇਗੀ ਬਿਲਕੁਲ ਇਹ ਤਾਂ ਬੜੀ ਸ਼ੌਕਿੰਗ ਗੱਲ ਹੈ ਪੜ੍ਹੇ ਸੀ ਤੁਸੀਂ ਕਿਸੇ ਨੇ ਆਵਾਜ਼ ਨਹੀਂ ਚੱਕੀ ਹੈਗੀ ਮਤਲਬ ਉੱਥੇ ਜਿਹੜੇ ਬੱਚੇ ਸੀ ਐਨਏ ਲਾਇਕ ਸੀਗੇ ਜੇ ਤੁਹਾਨੂੰ ਇੰਨਾ ਤਾਂ ਪੜ੍ਹਾਇਆ ਹੈਗਾ ਜੇ ਤੁਸੀਂ ਬੋਲੇ ਨਹੀਂ ਹੈਗੇ ਮੈਂ ਵਾਕਈ ਐਕਸੈਪਟ ਕਰੂੰਗਾ ਕਿ ਅਸੀਂ ਇਸ ਚੀਜ਼ 'ਤੇ ਜੇ ਧਿਆਨ ਨਹੀਂ ਦਿੱਤਾ ਹੈ ਤਾਂ ਸਾਡੀ ਇਹ ਬਹੁਤ ਵੱਡੀ ਨਲਾਇਕੀ ਹੈ ਜਿਹਨੂੰ ਅਸੀਂ ਡੈਫੀਨਿਟਲੀ ਚਾਹੇ ਅਸੀਂ ਬਿਜ਼ਨਸ ਆਪਣੇ ਜਿੰਨੇ ਮਰਜ਼ੀ ਬਿਜ਼ੀ ਹੈ ਹਰ ਸਟੂਡੈਂਟ ਇਸ ਵੇਲੇ ਟਾਈਮ ਕੱਢ ਰਿਹਾ ਆਪਣਾ ਪੈਸਾ ਵੀ ਜੇਬ 'ਚੋਂ ਲਗਾ ਰਹੇ ਹਾਂ ਅਸੀਂ ਠੀਕ ਹੈ ਔਰ ਉਹ ਜਿਹੜੀ ਨਲਾਇਕੀ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਹਨੂੰ ਡੈਫੀਨਿਟਲੀ ਦੂਰ ਕਰਾਂਗੇ ਔਰ ਆਪਣੇ ਟੀਚਰਸ ਨੂੰ ਜਿਹੜੇ ਸਾਡੇ ਰਿਸਪੈਕਟਿਵ ਟੀਚਰਸ ਹੈ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ ਹੈ ਜਿਨ੍ਹਾਂ ਨੇ ਸਾਨੂੰ ਕਾਬਲ ਬਣਾਇਆ ਅਸੀਂ ਉਹਨਾਂ ਨੂੰ ਇਹ ਪੇ ਬੈਕ ਐਜ਼ ਗੁਰੂ ਦਕਸ਼ਿਣਾ ਔਰ ਵਾਪਸ ਲੈ ਕੇ ਦਿਓਗੇ ਇਹ ਸਕੂਲ ਨੂੰ ਵਾਪਸ ਲੈ ਕੇ ਦੇਵਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਡੇ ਸੱਜਣਾਂ ਦੀ ਪ੍ਰੈਸ ਦੀ ਸਪੋਰਟ ਨਾਲ ਪਬਲਿਕ ਦੀ ਸਪੋਰਟ ਨਾਲ ਔਰ ਪ੍ਰਸ਼ਾਸਨ ਦੀ ਸਪੋਰਟ ਦੇ ਨਾਲ ਪ੍ਰਸ਼ਾਸਨ ਦੀ ਸਪੋਰਟ ਨਾਲ ਸਰਕਾਰ ਦੀ ਸਪੋਰਟ ਨਾਲ ਸਰਕਾਰ ਦੀ ਸਪੋਰਟ ਨਾਲ ਐਮਐਲਏ ਦੀ ਸਪੋਰਟ ਨਾਲ ਐਮਪੀ ਦੀ ਸਪੋਰਟ ਨਾਲ ਹਾਂ ਇਹਦੇ ਵਿੱਚ ਮੈਂ ਸੰਜੀਵ ਅਰੋੜਾ ਜੀ ਜਿਹੜੇ ਸਾਡੇ ਐਮਪੀ ਰਾਜ ਸਭਾ ਦੇ ਨੇ ਮੈਂ ਉਹਨਾਂ ਨੂੰ ਸਲਿਊਟ ਵੀ ਕਰਨਾ ਚਾਹੂੰਗਾ ਸਾਡੇ ਗੁਰਪ੍ਰੀਤ ਗੋਗੀ ਜੀ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਸਲਿਊਟ ਕਰਨਾ ਚਾਹੂੰਗਾ ਕਿ ਉਹਨਾਂ ਨੇ ਸਾਡੀ ਗੱਲ ਨੂੰ ਬੜੀ ਧਿਆਨ ਨਾਲ ਸੁਣਿਆ ਔਰ ਇਮੀਡੀਏਟਲੀ ਡੀਸੀ ਨੂੰ ਕਹਿ ਕੇ ਉਹਨਾਂ ਨੇ ਐਸਆਈਟੀ ਕੰਸਟੀਚਿਊਟ ਕਰਵਾਈ ਔਰ ਜਿਹੜੀ ਸਾਨੂੰ ਲੱਗਦੀ ਹੈ
ਕਿ ਹੁਣ ਬੜੀ ਸੀਰੀਅਸਲੀ ਲੈ ਕੇ ਉਹ ਬਿਲਕੁਲ ਵੀ ਕਿਸੇ ਦੇ ਇਨਫਲੂਐਂਸ 'ਚ ਨਹੀਂ ਆਉਣਗੇ, ਔਰ ਇਹਨੂੰ ਸਾਡੀ ਮਦਦ ਦੇ ਨਾਲ, ਤੁਹਾਡੀ ਸਭ ਦੀ ਮਦਦ ਦੇ ਨਾਲ ਇਸ ਬੰਦੇ ਨੂੰ ਪ੍ਰੋਪਰ ਇਹਦਾ ਜ਼ਰੂਰਤ ਹੀ ਨਹੀਂ ਹੈ ਇਹਦੇ 'ਚ, ਜਿਵੇਂ ਆਪਣੇ ਆਪ ਹੀ ਜਜ਼ਬਾ ਆ ਜਾਂਦਾ ਸਟੂਡੈਂਟਸ ਦੇ ਵਿੱਚ ਕਿ ਯੈਸ, ਕਿ ਸਾਨੂੰ ਇੰਨੇ ਸਾਲਾਂ ਬਾਅਦ ਆਪਣੇ ਸਕੂਲ 'ਚ ਅੰਦਰ ਆਉਣ ਦੀ ਮੌਕਾ ਮਿਲਿਆ। ਸੋ ਗਾਜਾ ਬਾਜਾ ਤਾਂ ਬਹੁਤ ਹੈ, ਬਹੁਤ ਛੋਟੀ ਚੀਜ਼ ਹੈ। ਇਟ ਵਿਲ ਬੀ ਏ ਵੰਡਰਫੁਲ ਡੇ ਜਦੋਂ ਈਸ਼ਵਰ ਸਾਨੂੰ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਇਹ ਦਿਨ ਸਾਡੇ ਸਾਹਮਣੇ ਆਉਂਦਾ ਹੈ। ਦੇਖੋ, ਯਾਨੀ ਕਿ ਅੱਜ ਵੀ ਇਹ ਦੇਖ ਰਹੇ ਨੇ ਕਿ ਬਚਪਨ ਜਿਹੜਾ ਇਹਨਾਂ ਦਾ ਸਕੂਲ 'ਚ ਬੀਤਿਆ, ਉਸ ਸਕੂਲ ਦੇ ਵਿੱਚ ਅੱਜ ਐਂਟਰ ਵੀ ਨਹੀਂ ਕਰ ਸਕਦੇ ਹੈਗੇ, ਉੱਥੇ ਬੱਚੇ ਨਹੀਂ ਹੈਗੇ, ਬੜਾ ਦੁੱਖ ਹੋ ਰਿਹਾ ਹੈਗਾ ਵਾ। ਅਤੇ ਜਿਹੜੇ ਚੈਰਿਟੀ ਹੁੰਦੀ ਹੈ ਉਹ ਪਬਲਿਕ ਦੀ ਹੁੰਦੀ, ਜਿਹੜੀ ਪ੍ਰੋਪਰਟੀ ਹੁੰਦੀ ਹੈਗੀ ਸਰਕਾਰ ਦੀ ਪ੍ਰੋਪਰਟੀ ਹੁੰਦੀ ਹੈਗੀ, ਇਹ ਪਬਲਿਕ ਨੇ ਚਲਾਉਣਾ ਹੁੰਦਾ ਹੈਗਾ ਵਾ। ਪਰ ਅੱਜ ਪਬਲਿਕ ਤਰਸ ਰਹੀ ਹੈਗੀ ਕਿ ਅਸੀਂ ਆਪਣਾ ਸਕੂਲ ਜਾ ਕੇ ਵੇਖ ਸਕੀਏ। ਰਜੇਸ਼ ਗਰਗੀ ਨੇ, ਹੋਰ ਵੀ ਇੱਦਾਂ ਦੇ ਬਹੁਤ ਸਾਰੇ ਸਟੂਡੈਂਟ ਹੋਣਗੇ ਲੁਧਿਆਣੇ ਦੇ ਵਿੱਚ ਜਿਹੜੇ ਆਪਣੇ ਸਕੂਲ 'ਚ ਜਾਣ ਤੋਂ ਤਰਸ ਰਹੇ ਹੋਣਗੇ। ਬਾਕੀ ਜਿਹੜੇ ਬੰਦੇ ਇੱਦਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ, ਯਾਰ ਆਪਾਂ ਇਨਸਾਨ ਹੈਗੇ ਹਾਂ, ਆਪਣਾ ਸਮਾਜ ਇੱਕ ਹੈਗਾ ਵਾ, ਆਪਾਂ ਇੱਕ ਉਹ ਕੰਮ ਕਰਦੇ, ਕਿੱਥੇ ਲੈ ਜਾਣਾ ਹੈਗਾ ਵਾ। ਬੜੀ ਹੈਰਾਨੀ ਦੀ ਗੱਲ ਹੈ, ਕਿੱਥੇ ਲੈ ਜਾਣਾ ਪੈਸਾ? ਐਜੂਕੇਸ਼ਨ ਨੂੰ ਵੀ ਨਹੀਂ ਆਪਾਂ ਛੱਡ ਰਹੇ, ਤੁਸੀਂ ਇੰਨੇ ਠੱਗੀ ਠੋਰੀ ਦੇ ਕੰਮ ਕੀਤੇ ਆ, ਤੁਹਾਡਾ ਰਿਕਾਰਡ ਕਹਿੰਦਾ ਹੈ, ਠੀਕ ਹੈ, ਪਰ ਤੁਸੀਂ ਸਕੂਲ ਨੂੰ ਵੀ ਬਖਸ਼ਿਆ ਨਹੀਂ ਹੈ। ਬੜੀ ਸੋਚਣ ਵਾਲੀ ਗੱਲ ਹੈ, ਹੈਰਾਨੀ ਵਾਲੀ ਗੱਲ ਹੈਗੀ ਹੈ। ਅਤੇ ਅਸੀਂ ਕਹਿੰਦੇ ਹਾਂ ਸੋਚ ਬਦਲੋ, ਸਮਾਜ ਬਦਲੇਗਾ। ਜਿਹੜੇ ਵੀ ਹੈਗੇ ਆ, ਜਿਹੜੇ ਪਬਲਿਕ ਦੀ ਜਗ੍ਹਾ ਪਬਲਿਕ ਨੂੰ ਦਿੱਤੀ ਜਾਵੇ, ਪਬਲਿਕ ਨੂੰ ਕਿਹਾ ਜਾਵੇ ਭਾਈ ਤੁਸੀਂ ਸੰਭਾਲੋ। ਅਤੇ ਬਾਕੀ ਜੇ ਪੈਸਾ ਕਮਾਉਣਾ ਹੈ ਜਾਂ ਪੈਸੇ ਦੇ ਚੱਕਰਾਂ ਦੇ ਵਿੱਚ ਆ, ਫਿਰ ਤਾਂ ਆਪਣਾ ਜੇ ਪੈਸਾ ਹੀ ਜਿੱਤੇ ਹੈਗੇ ਜਨਾਬ, ਫਿਰ ਤਾਂ ਆਪਣਾ ਬਹੁਤ ਬੁਰਾ ਹਾਲ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ। ਫਿਊਚਰ ਬਹੁਤ ਯਾਨੀ ਕਿ ਡਾਰਕ ਆ ਹੈਗਾ ਆਪਣਾ, ਜਿਹੜਾ ਹੈਗਾ ਬੱਚਿਆਂ ਦਾ ਵੀ। ਅਤੇ ਫਿਰ ਇਹਦੇ ਬਾਰੇ ਸੋਚਣਾ ਹੋਊਗਾ, ਜੇ ਬੱਚਿਆਂ ਛੋਟੇ ਪੜ੍ਹਾਉਣੇ ਪੈ ਜਾਣਾ, ਜੇ ਆਪਾਂ ਨਹੀਂ ਜਿੱਤਦੇ, ਜੇ ਨਹੀਂ ਸਾਨੂੰ ਨਿਆਏ ਮਿਲਦਾ, ਤਾਂ ਸਾਡੇ ਬੱਚਿਆਂ ਦਾ ਕੋਈ ਫਿਊਚਰ ਨਹੀਂ ਹੈਗਾ। ਇਹਦੇ ਬਾਰੇ ਸੋਚਣਾ ਹੋਊਗਾ ਸਾਨੂੰ, ਬਿਲਕੁਲ ਸਾਹਿਬ ਤੁਹਾਨੂੰ ਵੀ ਸੋਚਣਾ ਹੋਊਗਾ। ਚਾਹੇ ਆਪਾਂ ਜਿਹੜੇ ਵੱਡੇ ਵੱਡੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਛੋਟੇ ਛੋਟੇ ਪੋਤੇ ਜਿਹੜੇ ਤੁਹਾਡੇ ਨਿੱਕੇ ਨਿੱਕੇ ਹੈਗੇ ਆ, ਉਹਨਾਂ ਦਾ ਫਿਊਚਰ ਕਿਹੋ ਜਿਹਾ ਹੋਊਗਾ? ਇੱਦਾਂ ਲੁਟੇਰੇ ਘਰ ਘਰ ਪੈਦਾ ਹੋਏਗੇ, ਤਾਂ ਫਿਰ ਸੇਫ ਹੈ ਹੀ ਨਹੀਂ ਅਸੀਂ। ਨਹੀਂ ਨਹੀਂ, ਉਹਨਾਂ ਨੂੰ ਤਾਂ ਓਪਨ ਛੂਟ ਮਿਲ ਜਾਏਗੀ ਨਾ। ਹਾਂ, ਤਾਂ ਓਪਨ ਛੂਟ ਮਿਲ ਜਾਏਗੀ ਕਿ ਅੱਜ ਨਿਊ ਸਕੂਲ ਖਤਮ ਕੀਤਾ, ਕਬਜ਼ਾ ਕੀਤਾ, ਠੀਕ ਹੈ, ਕੱਲ੍ਹ ਹੋਰ ਸਕੂਲ ਕਰਨਗੇ, ਠੀਕ ਹੈ ਨਾ, ਕਿ ਅਸੀਂ ਕਿਸੇ ਗ੍ਰਫ 'ਚ ਤਾਂ ਆ ਨਹੀਂ ਸਕੇ, ਸਾਨੂੰ ਕੋਈ ਬੰਦਾ ਪੁੱਛ ਨਹੀਂ ਸਕਿਆ ਸਕਦਾ ਹੈਗਾ। ਅਤੇ ਪੈਸਾ ਸਭ ਤੋਂ ਬੜੀ ਹੈ, ਜੇ ਸਭ ਬੰਦੇ ਵਿਕਦੇ ਪਏ ਨੇ ਤਾਂ ਫਿਰ ਤਾਂ ਵਿਕ ਜੂਗਾ। ਇੱਕ ਵਾਰੀ ਪਬਲਿਕ ਨੂੰ ਵੀ ਗੁਜ਼ਾਰਿਸ਼ ਹੈ ਕਿ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਇਹ ਮਾਮਲਾ ਜਿਹੜਾ ਸਕੂਲ ਦੇ ਸਟੂਡੈਂਟਸ ਦਾ, ਸਕੂਲ ਦੇ ਸਟੂਡੈਂਟ ਕਰ ਰਹੇ ਅਤੇ ਇਹਨਾਂ ਦੀ ਮਰਜ਼ੀ ਹੈ, ਇਹ ਕਰੀ ਜਾਣ, ਅਤੇ ਅਸੀਂ ਕੀ ਲੈਣਾ ਦੇਣਾ? ਜਿੱਦਾਂ ਤੁਸੀਂ ਕਿਹਾ ਨਾ ਕਿ ਅੱਜ ਇੱਕ ਸਕੂਲ ਨੇ ਬਖਸ਼ਿਆ, ਕੱਲ੍ਹ ਨੂੰ ਹੋਰ ਵੀ ਸਕੂਲ ਇਹ ਕਿਸੇ ਬੰਦਿਆਂ ਦੀ ਆ ਸਕਦੇ ਹੈ। ਸੋ ਪਬਲਿਕ ਨੂੰ ਐਜ਼ ਅ ਕਲੈਕਟਿਵ। ਅੱਛਾ, ਜੇ ਤੁਹਾਨੂੰ ਸਕੂਲ ਮਿਲ ਜਾਂਦਾ ਹੈਗਾ, ਤੁਸੀਂ ਨੰਬਰ 1 ਸਕੂਲਾਂ ਨੂੰ ਬਣਾਓਗੇ ਫਿਰ? ਯਾਨੀ ਕਿ ਜਿਹੜਾ ਵੀ ਬੱਚੇ ਯਾਨੀ ਕਿ CBSE ਤੋਂ ਜਾਂ ਜਿੱਥੋਂ ਵੀ ਤੁਸੀਂ ਪਰਮਿਸ਼ਨ ਲੈਂਦੇ ਹੋ, ਐਡਮਿਸ਼ਨ ਜੋ ਵੀ ਕੁਛ ਹੈਗਾ, ਇੱਕ ਨੰਬਰ 1 ਸਕੂਲ ਬਣਾਓਗੇ ਉਹਨੂੰ? ਸ਼ਰਮਾ ਜੀ, ਬਿਲਕੁਲ, ਸਾਡਾ ਓਬਜੈਕਟਿਵ ਵੀ ਇਹ ਹੈ, ਏਮ ਵੀ ਇਹੀ ਹੈ ਕਿ ਸਕੂਲ ਦੀ ਪੁਰਾਣੀ ਗਲੋਰੀ, ਸਕੂਲ ਦੀ ਪੁਰਾਣੀ ਜਗ੍ਹਾ, ਸਟੇਟਸ ਇਹ ਅਚੀਵ ਕਰੀਏ। ਔਰ ਸਾਡੇ ਆਪਣੇ ਬੱਚੇ ਤਾਂ ਪੜ੍ਹ ਚੁੱਕੇ ਹੈ, ਐਟਲੀਸਟ ਸਾਡੇ ਬੱਚਿਆਂ ਦੇ ਬੱਚੇ ਉਹ ਸਕੂਲ 'ਚ ਪੜ੍ਹਨ।
ਦੇਖੋ ਡ੍ਰੀਮ ਇਹਨਾਂ ਦਾ ਕੱਲਾ ਮੇਰਾ ਨਹੀਂ ਹੈ, ਸਾਰਿਆਂ ਜਿੰਨੇ ਵੀ ਸਟੂਡੈਂਟ ਸਾਡੇ ਨਾਲ 800 ਸਟੂਡੈਂਟ ਜੁੜ ਚੁੱਕੇ ਆ, ਸਭ ਬੱਚਿਆਂ ਸਭ ਦਾ ਸਟੂਡੈਂਟਸ ਦਾ ਇਹੀ ਦੇਖੋ ਸੁਪਨਾ ਤਾਂ ਹੈ। ਦੇਖੋ 100 ਸਾਲ ਹੋਣ ਵਾਲੇ ਸਕੂਲ ਨੂੰ, ਉੱਥੋਂ ਕਈ ਜਿਹੜੇ ਬੱਚੇ ਆਪਣੇ ਪੜ੍ਹੇ ਹੋਣੇ ਹੈਗੇ, 90 ਸਾਲ ਦੇ ਬਜ਼ੁਰਗ ਹੋ ਗਏ ਹੋਣਗੇ, ਅੱਗੇ ਬੱਚੇ ਤੋਂ ਬੱਚੇ ਕਿੱਡਾ ਬੜਾ ਦਾ, ਜਾਣੀ ਕਿ ਇਸ ਟਾਈਮ ਜਿਹੜੀ ਸਟੋਰੀ ਬਣਦੀ ਹੈਗੀ, ਜਾਣੀ ਕਿ ਪਿਛਲਾ ਬੈਕਗਰਾਊਂਡ ਦੇਖੀਏ ਤਾਂ ਅਸੀਂ ਅੱਜ ਤੱਕ ਤਾਂ ਦੇਖੀਏ 100 ਸਾਲ ਪੁਰਾਣਾ ਸਕੂਲ ਜਿਹੜਾ ਹੈਗਾ ਵਾ, ਇਹ ਤਾਂ ਨਹੀਂ ਨਹੀਂ ਰਿਵਾਈਵ ਹੋਏਗਾ ਜੀ, ਰਿਵਾਈਵ ਹੋਏਗਾ, ਡੈਫੀਨੇਟ ਰਿਵਾਈਵ ਹੋਏਗਾ। ਚਲੋ ਰੇਜ ਕਰਕੇ ਤੁਸੀਂ ਸਾਨੂੰ ਬੁਲਾਇਆ ਅਤੇ ਨਾਲੇ ਕੋਲਡ ਕੌਫੀ ਬੁਲਾਈ ਅਤੇ ਸਾਡਾ ਤੁਸੀਂ ਵੈਲਕਮ ਕੀਤਾ, ਅਤੇ ਅਸੀਂ ਤੁਹਾਡੇ ਨਾਲ ਸਹਿਮਤ ਹੈਗੇ ਹਾਂ ਵੀ ਚੰਗਾ ਕੰਮ ਕਰ ਬੰਦੇ ਇੱਥੇ ਬੈਠ ਸਕਦਾ ਨਹੀਂ ਰਹਿਣਾ, ਕਿਆ ਲੈ ਕਰ ਆਇਆ ਤਾਂ ਕਿਆ ਲੈ ਕਰ ਜਾਏਗਾ, ਖਾਲੀ ਹੱਥ ਆਇਆ ਤਾਂ ਖਾਲੀ ਹੱਥ ਜਾਏਗਾ, ਸੋਚ ਬਦਲੋ ਸਮਾਜ ਬਦਲੇਗਾ। ਧੰਨਵਾਦ ਗਰਗ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸ਼ਰਮਾ ਜੀ, ਥੈਂਕ ਯੂ ਸੋ ਮਚ।